ਸ਼੍ਰੀ ਅਕਾਲ ਤਖਤ ਸਾਹਿਬ ਨੇ ਟਾਈਟਲਰ ਦੀ ਵੀਡੀਓ ਮਾਮਲੇ 'ਚ ਇੱਕ ਵੱਡਾ ਮਿਆਨ ਦਿੱਤਾ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਵਿਖੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਵੀਡੀਓ ਦਿਲ ਦਿਲਾਹ ਦੇਣ ਵਾਲੀ ਹੈ ਜਿਸ ਨਾਲ ਸਿੱਖ ਕੌਮ ਦੇ ਹਿਰਦੇ ਦੁਖੀ ਹੋਏ ਨੇ ਇਸ ਮਾਮਲੇ ਵਿੱਚ ਸਰਕਾਰ ਨੂੰ ਹੁਣ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਸਿੱਖਾਂ ਦਾ ਕਾਨੂੰਨ ਵਿੱਚ ਵਿਸ਼ਵਾਸ ਬੜਿਆਂ ਰਵੇ ਜਥੇਦਾਰ ਅਕਾਲ ਤਖਤ ਸਾਹਿਬ ਨੇ ਕਿਹਾ ਕਿ ਇਹ ਬਹੁਤ ਦੁਖਦਾਇਕ ਗੱਲ ਹੈ ਕਿ 34 ਸਾਲਾਂ ਦੇ ਅੰਦਰ ਸਿੱਖਾਂ ਨੂੰ ਇਨਸਾਫ਼ ਨਹੀਂ ਮਿਲਿਆ ਹੁਣ ਟਾਈਟਲਰ ਨੇ ਇਕਬਾਲੀਆ ਜੁਰਮ ਤੋਂ ਬਾਅਦ ਹੁਣ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਨਾਲ ਹੀ ਸਿੰਘ ਸਹਿਬ ਨੇ ਵਕਵਾਕ ਜ਼ਿਲ੍ਹਾ ਅੰਦਰ ਪਿਛਲੇ ਲੰਬੇ ਸਮੇਂ ਤੋਂ ਕੈਦ ਸਿੰਘਾ ਦੀ ਰਿਹਾਈ ਦੀ ਮੰਗ ਕੀਤੀ ਜਿਹੜੀ ਵੀਡੀਓ ਵਾਇਰਲ ਹੋਈ ਹੈ ਉਸ ਨੂੰ ਦੇਖ ਕੇ ਹਰ ਇੱਕ ਸਿੱਖ ਦਾ ਹਿਰਦਾ ਝੰਡੋੜਿਆ ਗਿਆ ਔਰ ਬਹੁਤ ਹੀ ਦੁਖੀ ਹੋਇਆ ਹੈ ਸੰਸਦ ਦੇ ਵਿੱਚ ਵੀ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਮਸਲਾ ਉਠਾਇਆ ਹੈ। ਇਹਦੇ ਉੱਤੇ ਜਲਦੀ ਤੋਂ ਜਲਦੀ ਕਾਰਵਾਈ ਹੋਣੀ ਚਾਹੀਦੀ ਹੈ। ਉਸ ਵਾਇਰਲ ਹੋਈ ਵੀਡੀਓ ਨੂੰ ਧਿਆਨ ਵਿੱਚ ਰੱਖ ਕੇ ਕੋਰਟ ਵਿੱਚ ਪੇਸ਼ ਕਰਕੇ ਉਸ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਜੋ ਸਿੱਖਾਂ ਦਾਇਕ ਕਾਨੂੰਨ ਦੇ ਵਿੱਚ ਜੋ ਹੈ ਉਹ ਆਪਣੇ ਵਿਸ਼ਵਾਸ ਬਣਿਆ ਰਹੇ ਕਾਨੂੰਨ ਦੇ ਉੱਤੇ ਭਰੋਸਾ ਬਣਿਆ ਰਹੇ ਇਹ ਦੇਖੋ 34 ਸਾਲ ਦਾ ਸਮਾਂ ਬਹੁਤ ਜ਼ਿਆਦਾ ਸਮਾਂ ਹੈ ਔਰ ਦੁੱਖ ਦੀ ਗੱਲ ਹੈ ਕਿ ਜੋ ਉਹ ਸਦੇ ਅਨੁਸਾਰ ਪਹਿਲਾਂ ਤੋਂ ਹੀ ਜਿੰਨੇ ਵੀ ਗਵਾਹ ਸੀ ਉਹਨਾਂ ਨੇ ਗਵਾਹੀਆਂ ਵੀ ਦਿੱਤੀਆਂ ਨੇ ਔਰ ਹੁਣ ਤੇ ਕੋਈ ਗੱਲ ਸ਼ੱਕ ਵਿੱਚ ਰਹਿ ਹੀ ਨਹੀਂ ਗਈ ਜਦੋਂ ਇਹ ਇਕਬਾਲੀਆਂ ਜੁਰਮ ਇਹਨਾਂ ਨੇ ਕਬੂਲ ਕਰ ਲਿਆ ਆਪ ਇਕਬਾਲ ਕਰ ਰਹੇ ਨੇ ਅਜੇ ਵੀ ਇਹਨਾਂ ਦੇ ਉੱਤੇ ਕੋਈ ਕਾਰਵਾਈ ਨਾ ਹੋਵੇ ਤੇ ਬੜੇ ਹੀ ਦੁੱਖ ਦੀ ਗੱਲ ਹੋਵੇਗੀ ਔਰ ਜਿਹੜੇ ਬਿਨਾਂ ਕਿਸੇ ਕਾਰਨ ਤੋਂ ਜੇਲ੍ਹਾਂ ਵਿੱਚ ਐਨੇ ਨੇ 20 20 30 30 ਸਾਲਾਂ ਤੋਂ ਨੌਜਵਾਨ ਬੰਦ ਨੇ ਉਹਨਾਂ ਦੇ ਵਾਸਤੇ ਅਜੇ ਕੋਈ ਰਿਹਾਈ ਨਹੀਂ ਹੋ ਰਹੀ ਉਹਨਾਂ ਦੇ ਉੱਤੇ ਪੈਰਵਾਈ ਨਹੀਂ ਚੱਲ ਰਹੀ ਬੜੇ ਅਫਸੋਸ ਦੀ ਗੱਲ ਹੈ ਸਰਕਾਰਾਂ ਨੂੰ ਇਸ ਪਾਸੇ ਜ਼ਰੂਰ ਧਿਆਨ ਦੇਣਾ ਚਾਹੀਦਾ ਸੈਂਟਰ ਸਰਕਾਰ ਨੂੰ ਇਸ ਨੂੰ ਗੰਭੀਰਤਾ ਦੇ ਨਾਲ ਲੈ ਕੇ ਇਹ ਸਾਰਾ ਜਿਹੜਾ ਨਿਆਂ ਕਰਨਾ ਸਕੂਲ ਕਾਲਜਾਂ ਦੇ ਇਮਤਿਹਾਨ ਦੌਰਾਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਗੁਰਦੁਆਰਾ ਸਹਿਬਾਨ ਵਿੱਚ ਸਪੀਕਰਾਂ ਦੀ ਆਵਾਜ਼ ਕੱਟ ਰੱਖਣ ਸੰਬੰਧੀ ਕੀਤੀ ਅਪੀਲ ਬਾਰੇ ਬੋਲਦਿਆਂ ਉਹਨਾਂ ਕਹੇ ਕਿ ਅੱਜ ਤਰਾਸਦੀ ਹੈ ਕਿ ਇੱਕ ਇੱਕ ਪਿੰਡ ਵਿੱਚ ਅਨੇਕਾਂ ਗੁਰਦੁਆਰਾ ਸਹਿਬਾਨ ਹਨ ਜਿਨ੍ਹਾਂ ਵਿੱਚ ਉੱਚੀ ਆਵਾਜ਼ ਵਿੱਚ ਸਪੀਕਰ ਚਲਾ ਜਾਂਦੇ ਨੇ ਤੇ ਬਾਣੀ ਇੱਕ ਦੂਜੇ ਨਾਲ ਹੀ ਮਿਲ ਜਾਂਦੀ ਹੈ ਜਿਸ ਨਾਲ ਬਾਣੀ ਦਾ ਨਿਰਾਦਰ ਹੁੰਦਾ ਹੈ ਜਥੇਦਾਰ ਅਕਾਲ ਤਖਸੈਬ ਨੇ ਕਿਹਾ ਕਿ ਸਮੂਹ ਗੁਰਦੁਆਰਾ ਕਮੇਟੀਆਂ ਸ੍ਰੀ ਦਰਬਾਰ ਸਾਹਿਬ ਦੀ ਤਰਜ਼ ਤੇ ਸਪੀਕਰਾਂ ਦੀ ਆਵਾਜ਼ ਘੱਟ ਰੱਖਣ ਤਾਂ ਜੋ ਆਵਾਜ਼ ਗੁਰਦੁਆਰਾ ਸਾਹਿਬ ਤੋਂ ਬਾਹਰ ਨਾ ਜਾਵੇ ਸ੍ਰੀ ਅਕਾਲ ਤਖਸੈਬ ਵੱਲੋਂ ਪਹਿਲਾਂ ਵੀ ਇਹ ਆਦੇਸ਼ ਕੀਤਾ ਗਿਆ ਹੈ ਕਿ ਜੋ ਗੁਰਦੁਆਰੇ ਸਹਿਬਾਨਾਂ ਦੇ ਵਿੱਚ ਸਪੀਕਰ ਲੱਗੇ ਨੇ ਤਰਾਸਦੀ ਦੀ ਗੱਲ ਇਹ ਹੈ ਕਿ ਇੱਕ ਇੱਕ ਪਿੰਡ ਵਿੱਚ ਕਈ ਕਈ ਗੁਰਦੁਆਰੇ ਨੇ ਹਰ ਮਹੱਲੇ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਉਹਨਾਂ ਸਪੀਕਰਾਂ ਦੀਆਂ ਆਵਾਜ਼ਾਂ ਬਹੁਤ ਉੱਚੀਆਂ ਹੁੰਦੀਆਂ ਨੇ ਇੱਕ ਦੂਸਰੇ ਦੀ ਗੱਲ ਇੱਕ ਬਾਣੀ ਵੀ ਸਾਨੂੰ ਸੁੱਧ ਸੁਣਾਈ ਨਹੀਂ ਦਿੰਦੀ ਜਦੋਂ ਸਪੀਕਰਾਂ ਦੀਆਂ ਆਵਾਜ਼ਾਂ ਆਪਸ ਵਿੱਚ ਦੀ ਟਕਰੌਂਦੀਆਂ ਨੇ ਸਾਨੂੰ ਸ੍ਰੀ ਦਰਬਾਰ ਸਾਹਿਬ ਜੀ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਦਰਬਾਰ ਸਾਹਿਬ ਜੀ ਦੇ ਕੀਰਤਨ ਦੀ ਆਵਾਜ਼ ਵੇਖੋ ਪਰਕਰਮਾਂ ਦੇ ਵਿੱਚ ਰਹਿੰਦੀ ਹੈ ਬਾਹਰ ਕੋਈ ਕਿਸੇ ਨੂੰ ਆਵਾਜ਼ ਸੁਣਾਈ ਨਹੀਂ ਦਿੰਦੀ ਛੋਟੇ-ਛੋਟੇ ਸਪੀਕਰ ਜੋੜੇ ਖਾਨਿਆਂ ਵਿੱਚ ਲਾਏ ਹੋਏ ਨੇ ਉਹਨਾਂ ਦੀ ਆਵਾਜ਼ ਵੀ ਉੱਥੋਂ ਤੱਕ ਸੀਮਤ ਰਹਿੰਦੀ ਹੈ ਇਸ ਕਰਕੇ ਗੁਰੂ ਘਰਾਂ ਦੀਆਂ ਕਮੇਟੀਆਂ ਨੂੰ ਚਾਹੀਦਾ ਹੈ ਕਿ ਆਵਾਜ਼ ਉਤਨੀ ਹੀ ਰੱਖਣ ਜਿੰਨੀ ਗੁਰਦੁਆਰਾ ਸਾਹਿਬ ਦੇ ਏਰੀਆ ਵਿੱਚ ਰਹਿਣ ਔਰ ਸੰਗਤਾਂ ਆਪ ਗੁਰੂ ਘਰਾਂ ਦੇ ਵਿੱਚ ਪਹੁੰਚ ਕੇ ਗੁਰਬਾਣੀ ਸੁਣ ਕੇ ਗੁਰਬਾਣੀ ਪੜ੍ਹ ਕੇ ਆਪਣਾ ਜੀਵਨ ਸਫਲਾ ਕਰਨ ਔਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹੋਏ ਆਦੇਸ਼ ਦੇ ਅਨੁਸਾਰ ਇਸ ਦੇ ਉੱਤੇ ਸਾਰੀਆਂ ਕਮੇਟੀਆਂ ਜਿਹੜੀਆਂ ਨੇ ਪਹਿਰਾ ਦੇਣ ਇਸ ਨੂੰ ਲਾਗੂ ਕਰਨ ਦੇਖਦੇ ਰਹੋ ਪਟਿਆਲਾ ਟੀਵੀ